ਧੰਨ ਗੁਰੂ ਗੋਬਨ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਕਰਿਓ ਗੁਰਮਖੋ ਅੱਜ ਜਿਹੜੀਆਂ ਬੇਨਤੀਆਂ ਆਪਾਂ ਸਾਂਝੀਆਂ ਕਰਨ ਜਾ ਰਹੇ ਆ ਸਤਿਗੁਰੂ ਕਿਰਪਾ ਕਰਨ ਮੇਰਾ ਕਰਨ ਗੁਰਮਖੋ ਉਹਨਾਂ ਨੂੰ ਧਿਆਨ ਨਾਲ ਸੁਣਿਓ ਬਹੁਤ ਜ਼ਿਆਦਾ ਧਿਆਨ ਨਾਲ ਸੁਣਨ ਵਾਲੀ ਗੱਲ ਹੈ ਗੁਰਮਖੋ ਕਿਉਂਕਿ ਅੱਜ ਆਮ ਤੌਰ ਤੇ ਅਸੀਂ ਇਹ ਗਲਤੀਆਂ ਕਰਦੇ ਆਂ ਆਮ ਤੌਰ ਤੇ ਅੱਜ ਸਾਨੂੰ ਇਹਨਾਂ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਜੋ ਅਸੀਂ ਨਹੀਂ ਦਿੰਦੇ ਇਹਨਾਂ ਚੀਜ਼ਾਂ ਨੂੰ ਬਹੁਤ ਜ਼ਿਆਦਾ ਧਿਆਨ ਨਾਲ ਸੁਣਿਓ ਸੋ ਜਿਹੜੀਆਂ ਗੱਲਾਂ ਮੈਂ ਸਾਂਝੀਆਂ ਕਰਨੀਆਂ ਨੇ ਸਾਰਿਆਂ ਦਾ ਧੰਨਵਾਦ ਹੈ ਸਾਰਿਆਂ ਦਾ ਸਵਾਗਤ ਹੈ ਜੀ ਚੈਨਲ ਦੇ ਉੱਪਰ ਫਤਿਹ ਬੁਲਾਓ ਆਪਾਂ ਆਰੰਭਤਾ ਕਰੀਏ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਅੱਜ ਸਾਨੂੰ ਲੋੜ ਹੈ ਜੋ ਸਮੇਂ ਦਾ ਚੱਲ ਰਿਹਾ ਆ ਜਿਵੇਂ ਅਮਰਤਪਾਲ ਸਿੰਘ ਵਰਸਸ ਪਾਸਟਰਾਂ ਵਾਲਾ ਮਾਮਲਾ ਚੱਲ ਰਿਹਾ ਨਾ ਉਸ ਨੂੰ ਥੋੜਾ ਜਿਹਾ ਧਿਆਨ ਵਿੱਚ ਰੱਖਣ ਦੀ ਜ਼ਰੂਰਤ ਹੈ ਆਪਣੇ ਗਰੰਥੀ ਸਿੰਘ ਸੁਚੇਤ ਹੋਣ ਤੇ ਹਰ ਕੋਈ ਬੰਦਾ ਆਪੋ ਆਪਣੇ ਧਰਮ ਦੇ ਵਿੱਚ ਪੱਕਾ ਹੋਵੇ ਪਖੰਡ ਨਾਮ ਦੀ ਚੀਜ਼ ਨਾ ਕੋਈ ਹੋਵੇ ਜੇ ਕੋਈ ਪਖੰਡ ਕਰਦਾ ਹੈ ਉਸ ਨੂੰ ਮੋੜ ਕੇ ਸਵਾਲ ਪੁੱਛੋ ਤਾਂ ਕਿ ਬੰਦਾ ਪਖੰਡ ਨੂੰ ਪ੍ਰਮੋਟ ਨਾ ਕਰ ਸਕੇ ਤੁਸੀਂ ਵੇਖਿਆ ਹੀ ਹੈ ਨਾ ਟੀਵੀਾਂ ਤੇ ਕੀ ਕੁਝ ਹੁੰਦਾ ਉਹ ਨਿਰਮਲ ਬਾਬਾ ਜਾਂ ਕੀ ਕੁਝ ਕਰਦਾ ਹੈ ਮੇਰੇ ਸਾਹਮਣੇ ਗੋਲ ਗੱਪੇ ਕਿਉਂ ਆ ਰਹੇ ਨੇ ਤੁਸੀਂ ਗੋਲ ਗੱਪੇ ਕਿਹੜੀ ਚਟਨੀ ਨਾਲ ਖਾਣੇ ਹੋ ਰੋਗ ਕੀ ਹੈ ਮਾਨਸਿਕ ਰੋਗੀ ਹੈ ਜਾਂ ਕੋਈ ਓਹ ਰੋਗੀ ਹੈ ਉਹ ਨਹੀਂ ਵੇਖਣਾ ਗੋਲ ਗੱਪਿਆਂ ਨਾਲ ਗਿਰਪਾ ਗਰੀ ਜਾਂਦਾ ਹੈ ਉਹ ਬਾਬਾ ਜੀ ਕਿਥੇ ਤੁਰੇ ਹੋਇਆ ਅਸੀਂ ਕੋਈ ਬੰਦਾ ਮਰੇ ਹੋਇਆਂ ਨੂੰ ਜਵਾ ਰਿਹਾ ਹੈ ਕੋਈ ਕਹਿੰਦਾ ਜੀ ਮੈਂ ਢਿੱਡ ਦੇ ਵਿੱਚੋਂ ਐਂਜੀ ਪਥਰੀਆਂ ਕੱਢ ਰਿਹਾ ਕੋਈ ਕੁਝ ਕਹਿ ਰਿਹਾ ਕੋਈ ਕੁਝ ਕਹਿ ਰਿਹਾ ਅੱਜ ਜੇ ਇੰਨੇ ਇਲਾਜ ਹੋ ਰਹੇ ਨੇ ਫਿਰ ਵੀ ਦੁਨੀਆ ਇੰਨੀ ਬਿਮਾਰ ਕਿਉਂ ਆ ਕਦੇ ਸੋਚ ਕੇ ਵੇਖੋ ਫਿਰ ਵੀ ਦੁਨੀਆ ਨੂੰ ਇਨੇ ਰੋਗ ਕਿਉਂ ਚੰਬੜੇ ਹੋਏ ਨੇ ਫਿਰ ਵੀ ਦੁਨੀਆ ਇੰਨੀ ਬਿਮਾਰ ਕਿਉਂ ਪਈ ਹੈ ਕਦੇ ਸੋਚ ਕੇ ਵੇਖੋ ਪਿਆਰਿਓ ਕਦੇ ਵਿਚਾਰ ਕੇ ਵੇਖੋ ਅਸੀਂ ਇਹ ਗੱਲਾਂ ਕਿਉਂ ਨਹੀਂ ਸੋਚਦੇ ਅਸੀਂ ਇਹ ਗੱਲਾਂ ਕਿਉਂ ਨਹੀਂ ਵਿਚਾਰਦੇ ਸਾਡੇ ਭਾਵੇਂ ਇੱਕ ਮਜ਼ਾਕ ਬਣਿਆ ਹੋਇਆ ਹੈ ਮਜ਼ਾਕ じゃ ਚੱਲ ਰਿਹਾ ਫਲਾਣਾ ਹੋ ਗਿਆ ਜੀ ਟਿਕੜਾ ਹੋ ਗਿਆ ਜੀ ਅਸੀਂ ਉਹੀ ਗੱਲਾਂ ਨੂੰ ਸੋਚ ਕੇ ਲੱਗੇ ਹੋਏ ਹਾਂ ਸੋ ਗੁਰਮਖੋ ਇਹ ਸੋਚੋ ਵਿਚਾਰੋ ਧਿਆਨ ਵਿੱਚ ਰੱਖੋ ਕਿ ਅਸਲ ਦੇ ਵਿੱਚ ਕਾਰਨ ਕੀ ਨੇ ਇਹ ਕਾਰਨ ਨੇ ਜ਼ਿੰਦਗੀ ਦੇ ਅੱਜ ਪਾਸਟਰਾਂ ਵਾਲਾ ਮਸਲਾ ਕਿਉਂ ਭਖਿਆ ਸੀ ਪਾਸਟਰਾਂ ਵਾਲਾ ਮਸਲਾ ਇਸ ਕਰਕੇ ਭਖਿਆ ਸੀ ਜਿਹੜੇ ਪਿੰਡਾਂ ਵਿੱਚ ਜਾ ਕੇ ਪ੍ਰਚਾਰ ਕਰਦੇ ਨੇ ਲੰਗਰਾਂ ਤੇ ਕਟਾਕਸ਼ ਕਰਦੇ ਨੇ ਗੁਰੂ ਦੀ ਸਿੱਖੀ ਤੋਂ ਤੋੜਦੇ ਨੇ ਜਿਹੜੇ ਲਾਲਚ ਦਿੰਦੇ ਨੇ ਜਿਹੜੇ ਕਹਿੰਦੇ ਨੇ ਸਿੱਖੀ ਛੱਡ ਦਿਓ ਅਸੀਂ ਇਹ ਕਰਦੇ ਆਂਗੇ ਇਹ ਔਰੰਗਜ਼ੇਬ ਵਾਲੀ ਸੋਚ ਵਾਲੇ ਬੰਦੇ ਕਿੱਥੋਂ ਵੜ ਗਏ ਸਾਡੇ ਵਿੱਚ ਇਹੋੀ ਗੱਲ ਦਾ ਤੇ ਵਿਰੋਧ ਹੈ ਸਾਡਾ ਜਿਹੜੇ ਪਖੰਡ ਕਰਦੇ ਨੇ ਪਖੰਡ ਕਰਕੇ ਲੋਕਾਂ ਨੂੰ ਨਾਲ ਜੋੜਦੇ ਨੇ ਅਸੀਂ ਇੰਜ ਕਰਦੇ ਆਂਗੇ ਅਸੀਂ ਮੋਇਆਂ ਨੂੰ ਜਿਉਂਦਾ ਕਰਦੇ ਆਂਗੇ ਅਸੀਂ ਉਹ ਕਰਦੇ ਆਂਗੇ ਇਹੋ ਹੀ ਗੱਲ ਦਾ ਤੇ ਦੁੱਖ ਮਾਰਦੇ ਵੀ ਇਹ ਲੋਕ ਕਰ ਕੀ ਰਹੇ ਨੇ ਇਹ ਲੋਕ ਇੰਜ ਕਿਉਂ ਕਰ ਰਹੇ ਨੇ ਇਹ ਲੋਕ ਕਿਉਂ ਤੋੜ ਦਿੰਦੇ ਨੇ ਬਈ ਸਾਨੂੰ ਅਸੀਂ ਟੁੱਟਦੇ ਆਂ ਇਹ ਲੋਕ ਤਾਂ ਤੋੜਦੇ ਨੇ ਅਸੀਂ ਲੋਕ ਜੁੜਦੇ ਨਹੀਂ ਟੁੱਟ ਜਾਂਦੇ ਆ ਇਹ ਲੋਕ ਤਾਂ ਹਿੰਮਤ ਕਰਦੇ ਨੇ ਏਡੀ ਵੱਡੀ ਇਹ ਲੋਕਾਂ ਦੇ ਅਸਲ ਥ੍ਰੈਟ ਨੇ ਕਰਮਖੋ ਮੈਂ ਬੇਨਤੀ ਤਾਂ ਲਗਿਆਂ ਕਰਨ ਕਿਉਂਕਿ ਯਾਦ ਰੱਖਿਓ ਅੱਜ ਇਹ ਜਿਹੜੇ ਲੋਕ ਨੇ ਨਾ ਨਕਲੀ ਬਣੇ ਹੋਏ ਸਾਡੇ ਧਰਮਾਂ ਦੇ ਵਿੱਚ ਫੁੱਟ ਪਾਉਣ ਵਾਸਤੇ ਨੇ ਜਿਹੜੇ ਅਸਲੀ ਨੇ ਉਹ ਤਾਂ ਚੁੱਪ ਕਰਕੇ ਬੈਠੇ ਨੇ ਉਹ ਨਹੀਂ ਕਿਸੇ ਨਾਲ ਇਦਾਂ ਕਰਦੇ ਉਹਨਾਂ ਦਾ ਮਤਲਬ ਹੈ ਵੀ ਜੇ ਕੋਈ ਚੱਲ ਕੇ ਆਇਆ ਤਾਂ ਪਰਵਾਨ ਕਰਾਂਗੇ ਆਪਣੀ ਮਰਜ਼ੀ ਨਾਲ ਅਸੀਂ ਜਾ ਕੇ ਕਿਸੇ ਦਾ ਮਾਈਂਡ ਵਾਸ਼ ਨਹੀਂ ਕਰਾਂਗੇ ਮਾਈਂਡ ਫਰੈਸ਼ ਨਹੀਂ ਕਰਾਂਗੇ ਜਾ ਕੇ ਮਾਈਂਡ ਵਾਸ਼ ਕਰਕੇ ਨਹੀਂ ਕਿਸੇ ਨੂੰ ਲੈ ਕੇ ਆਵਾਂਗੇ ਇੱਧਰ ਅਸਲੀ ਮਤਲਬ ਇਹ ਨਹੀਂ ਅਸਲ ਦੇ ਵਿੱਚ ਉਹ ਲੋਕ ਨਕਲੀ ਨੇ ਜਿਹੜੇ ਛੱਡੇ ਹੋਏ ਨੇ ਅੱਜ ਅਮਰਤਪਾਲ ਵਰਗੇ ਪਾਸਟਰ ਜਿਹੜੇ ਨੇ ਜਾਂ ਅਮਰਤਪਾਲ ਜਾਂ ਕੋਈ ਪਾਸਟਰ ਜਿਹੜੇ ਨੇ ਇਹ ਕੋਈ ਮਸਲੇ ਨਹੀਂ ਇਹ ਆਮ ਤੌਰ ਤੇ ਸਾਨੂੰ ਉਲਝਾਇਆ ਜਾ ਰਿਹਾ ਹੈ ਇਨ੍ਹਾਂ ਵੱਲਾਂ ਦੇ ਵੱਲ ਕਿਤੇ ਨਾ ਕਿਤੇ ਸਾਡੇ ਪੰਥ ਦੇ ਆਗੂ ਕੜਾ ਅਮਰ ਚੌਧਰੀ ਇਸ ਦੇ ਜਿਹੜੇ ਨੇ ਹੱਕਦਾਰ ਨੇ ਉਹ ਲੋਕ ਸਜਾ ਦੇ ਹੱਕਦਾਰ ਨੇ ਜਿਨ੍ਹਾਂ ਲੋਕਾਂ ਨੇ ਕੌਮ ਤੇ ਪੰਥ ਦੀ ਚੜ੍ਹਦੀ ਕਲਾ ਨਹੀਂ ਹੋਣ ਦਿੱਤੀ ਇਹਨਾਂ ਲੋਕਾਂ ਨੇ ਸਾਨੂੰ ਇੱਥੇ ਹੀ ਉਲਝਾ ਕੇ ਰੱਖਿਆ ਇਹਨਾਂ ਲੋਕਾਂ ਨੇ ਸਾਨੂੰ ਐਂ ਹੀ ਉਲਝਾ ਕੇ ਰੱਖਿਆ ਕਦੇ ਉਹ ਕਰਤਾ ਜੀ ਕਦੇ ਉਹ ਕਰਤਾ ਕਦੇ ਆਹ ਕਰਤਾ ਕਦੇ ਉਹਨੂੰ ਮਾਰਤਾ ਕਦੇ ਉਹਨੂੰ ਮਰਵਾਤਾ ਕਦੇ ਪੰਥ ਨੂੰ ਉਲਝਾਤਾ ਕਦੇ ਦੰਗੇ ਕਰਵਾਤੇ ਇਹਨਾਂ ਲੋਕਾਂ ਨੇ ਇਦਾਂ ਹੀ ਉਲਝਾ ਕੇ ਰੱਖਿਆ ਸਾਡੇ ਗਰੰਤੀਆਂ ਨੂੰ ਨਹੀਂ ਸਾਂਭਦੇ ਇਹ ਜਾ ਕੇ ਕਬੱਡੀ ਕਪਾਂ ਤੇ ਪੈਸਾ ਲਾ ਦਿੰਦੇ ਨੇ ਇਹ ਜਾ ਕੇ ਨੱਚਣ ਵਾਲਿਆਂ ਤੇ ਪੈਸਾ ਉਡਾ ਦਿੰਦੇ ਨੇ ਇਹ ਜਾ ਕੇ ਕਿਤੇ ਨਾ ਕਿਤੇ ਬਾਦਲਾਂ ਦੀ ਜੇਬ ਦੇ ਵਿੱਚ ਪੈਸਾ ਪਾ ਦਿੰਦੇ ਨੇ ਇਹ ਜਾ ਕੇ ਪੰਥ ਦੇ ਨਾਂ ਤੇ ਵੋਟਾਂ ਮੰਗ ਕੇ ਉੱਥੇ ਜਾ ਕੇ ਰੈਲੀਆਂ ਦੇ ਵਿੱਚ ਪੈਸਾ ਲਾ ਦਿੰਦੇ ਨੇ ਇਹ ਪਰ ਕਿਤੇ ਕਿਸੇ ਦਾ ਘਰ ਨਹੀਂ ਪਵਾ ਕੇ ਦਿੰਦੇ ਕਦੇ ਕਿਸੇ ਗਰੰਤੀ ਦੇ ਹਾਲਾਤਾਂ ਨੂੰ ਸਮਝ ਕੇ ਉਹਦੀ ਬਾਹ ਨਹੀਂ ਫੜਦੇ ਇਹ ਲੋਕ ਸਿੱਖੀ ਦਾ ਪ੍ਰਚਾਰ ਨਹੀਂ ਕਰਦੇ ਇਹ ਘਾਟਾਂ ਸਾਡੇ ਵਾਲੇ ਲਾਣੇ 'ਚ ਵੀ ਨੇ ਇਹ ਕਦੇ ਉਹਨਾਂ ਚੀਜ਼ਾਂ ਨੂੰ ਕਾਮਯਾਬ ਨਹੀਂ ਕਰਦੇ ਜੋ ਸੱਚੀਆਂ ਨੇ ਜੋ ਝੂਠੀਆਂ ਨੇ ਉਹਨਾਂ ਨੂੰ ਕਾਮਯਾਬ ਕਰਦੇ ਨੇ ਜਿਹੜੇ ਬਾਬੇ ਗੁਰੂ ਨਾਨਕ ਦੇ ਨਾਂ ਤੇ ਰੋਟੀਆਂ ਸੇਕਦੇ ਨੇ ਤੇ ਬਾਬੇ ਨਾਨਕ ਨੂੰ ਪਖੰਡ ਵੱਲ ਪ੍ਰੇਰਿਤ ਕਰਦੇ ਨੇ ਜਿਹੜੇ ਕਹਿੰਦੇ ਨੇ ਬਾਬੇ ਨਾਨਕ ਨੇ ਪਖੰਡ ਕੀਤਾ ਉਹਨਾਂ ਲੋਕਾਂ ਨੇ ਤਾਂ ਇਹ ਲੋਕ ਪੈਰ ਚੱਟਦੇ ਨੇ ਜਾ ਕੇ ਜਿਹੜਾ ਕੋਈ ਬੰਦਾ ਆਮ ਕਰਦਾ ਨਾ ਸਿੱਖੀ ਦਾ ਪ੍ਰਚਾਰ ਉਹਨੂੰ ਦੱਬਦੇ ਨੇ ਦੱਬਦੇ ਨੇ ਕਿ ਨਹੀਂ ਦੱਬਦੇ ਨਰੇਣੂ ਮਹੰਤ ਦੀ ਸੋਚ ਵਾਲੇ ਲੋਕ ਇਥੇ ਕਾਬਜ ਹੋ ਗਏ ਬਾਬਾ ਅਤਰ ਸਿੰਘ ਜੀ ਮਹਾਂਪੁਰਖ ਮਸਤੋਣਾ ਸਾਹਿਬ ਵਾਲੇ ਜਦੋਂ ਆ ਕੇ ਉਹਨਾਂ ਨੇ ਕਿਸੇ ਨੂੰ ਦੱਸਿਆ ਕਿ ਗੁਰਦੁਆਰੇ ਮਹੰਤਾਂ ਤੋਂ ਆਜ਼ਾਦ ਕਰਵਾ ਲੈ ਤੇ ਬਾਬਾ ਜੀ ਹੱਸ ਪਏ ਬਾਬਾ ਜੀ ਹਸੇ ਤੇ ਕਿਸੇ ਨੇ ਪੁੱਛਿਆ ਬਾਬਾ ਜੀ ਨੇ ਜਵਾਬ ਨਹੀਂ ਦਿੱਤਾ ਫਿਰ ਪੁੱਛਿਆ ਕਹਿੰਦੇ ਬਾਬਾ ਜੀ ਗੁਰਦੁਆਰੇ ਆਜ਼ਾਦ ਕਰਾ ਲੈ ਮਹੰਤਾਂ ਤੋਂ ਬਾਬਾ ਜੀ ਹੱਸ ਕੇ ਕਹਿਣ ਲੱਗੇ ਭਾਈ ਮਹੰਤਾਂ ਤੋਂ ਤਾਂ ਗੁਰਦੁਆਰੇ ਆਜ਼ਾਦ ਕਰਵਾ ਲੈ ਪਰ ਸਾਡੇ ਆਣਾ ਤੋਂ ਆਜ਼ਾਦ ਨਹੀਂ ਹੋਣੇ ਇਹ ਤਾਂ ਕਾਬਜ਼ ਹੋ ਜਾਣਗੇ ਅੱਜ ਸਾਡੇ ਵਾਲੇ ਗੁਰਦੁਆਰਿਆਂ 'ਚ ਕੀ ਕਰਦੇ ਨੇ ਇਹ ਮੈਂ ਤੁਹਾਨੂੰ ਜੇ ਦੱਸਦਾ ਨਾ ਤੁਹਾਡੇ ਰੋਂਗਟੇ ਖੜੇ ਹੋ ਜਾਣਗੇ ਬਿਸਤਰੇ ਰਜਾਈਆਂ ਪਏ ਪਏ ਖਰਾਬ ਹੋ ਜਾਂਦੇ ਨੇ ਚੂਹੇ ਉਹਨਾਂ ਵਿੱਚ ਭੰਗੜਾ ਪਾਉਂਦੇ ਰਹਿੰਦੇ ਨੇ ਪਰ ਕਦੇ ਕਿਸੇ ਗਰੀਬ ਨੂੰ ਕੱਢ ਕੇ ਨਹੀਂ ਦਿੰਦੇ ਗੁਰਦੁਆਰੇ ਦਾ ਗ੍ਰੰਥੀ ਜੇ ਕੋਈ ਚੀਜ਼ ਆਪਣੇ ਕਮਰੇ 'ਚ ਲੈ ਜਾਏ ਉਹਦੇ ਤੇ ਪੰਚਾਇਤ ਬਿਠਾ ਲੈਂਦੇ ਨੇ ਜਾਂ ਫਿਰ ਉਹਦੀ ਛੁੱਟੀ ਕਰ ਦਿੰਦੇ ਨੇ ਤੇ ਜਦੋਂ ਗ੍ਰੰਥੀ ਰੱਖਣ ਦੀ ਵਾਰੀ ਆਉਂਦੀ ਆ ਨਾ ਕੋਈ ਸਸਤਾ ਜਾਂ ਗ੍ਰੰਥੀ 3000 3500 ਚ ਰੱਖਦੇ ਨੇ ਸਿੱਖੀ ਦਾ ਪ੍ਰਚਾਰ ਕਿਵੇਂ ਹੋ ਜਾਊ ਉਂ ਬਾਹਾਂ ਚੱਕ ਚੱਕ ਕਹਿਣਗੇ ਰਾਜ ਕਰੇਗਾ ਖਾਲਸਾ ਰਾਜ ਖਾਲਸਾ ਇਦਾਂ ਕਰੂਗਾ ਕਿਸੇ ਦੇ ਹਾਲਾਤਾਂ ਨੂੰ ਤੁਸੀਂ ਸਮਝ ਨਹੀਂ ਰਹੇ ਆਪਦੇ ਬੱਚੇ ਕਾਨਵੈਂਟ ਸਕੂਲ 'ਚ ਪੜਨ ਗ੍ਰੰਤੀ ਦੇ ਬੱਚੇ ਸਰਕਾਰੀ ਸਕੂਲ 'ਚ ਪੜਦੇ ਨੇ ਆਪਦੇ ਕੋਲੇ ਮਹਿੰਗੀਆਂ ਮਹਿੰਗੀਆਂ ਗੱਡੀਆਂ ਨੇ ਗ੍ਰੰਤੀ ਕੋਲੇ ਕੀ ਆ ਗ੍ਰੰਤੀ ਕੋਲੇ ਇੱਕ ਟੁੱਟਿਆ ਜਾਂ ਮੋਟਰਸਾਈਕਲ ਹੁੰਦਾ ਹੈ ਦੱਸੋ ਕਿੱਥੋਂ ਸਿੱਖੀ ਦਾ ਪ੍ਰਚਾਰ ਹੋ ਜਾਊਗਾ ਕੀ ਗ੍ਰੰੰਤੀ ਆਪਣੇ ਬੱਚਿਆਂ ਲਈ ਕੱਪੜਾ ਨਹੀਂ ਖਰੀਦੇਗਾ ਕੀ ਗਰੰਟੀ ਨੂੰ ਰੋਟੀ ਨਹੀਂ ਚਾਹੀਦੀ ਕੀ ਗਰੰਟੀ ਨੂੰ ਕਪੈਣਨ ਵਾਸਤੇ ਕਪੜਾ ਨਹੀਂ ਚਾਹੀਦਾ ਕੀ ਗਰੰਟੀ ਨੂੰ ਹੋਰ ਕਾਰਜਾਂ ਵਾਸਤੇ ਪੈਸਾ ਨਹੀਂ ਚਾਹੀਦਾ ਬਾਬਾ ਜੀ ਇੰਨੇ ਪੈਸੇ ਤੁਸੀਂ ਕੀ ਕਰਨੀ ਹੈ ਤੁਸੀਂ ਇੰਨੇ ਪੈਸੇ ਕੀ ਕਰਨੇ ਆ ਬਈ ਹਾਂ ਠੀਕ ਹੈ ਗਰੰਟੀਆਂ ਚ ਘਾਟਾਂ ਨੇ ਰੱਖੋ ਕੱਢੋ ਇਹਨਾਂ ਨੂੰ ਵਧੀਆ ਗਰੰਟੀ ਰੱਖੋ 10-12000 ਰੁਪਇਆ ਦਿਓ ਸਿੱਖੀ ਦਾ ਪ੍ਰਚਾਰ ਕਰਾਓ ਗਰੰਟੀ ਨੂੰ ਕਹੋ ਕਿ ਬੱਚਿਆਂ ਨੂੰ ਗੁਰਮਤਿ ਦੀ ਸਿੱਖਲਾਈ ਦੇ ਗਰੰਟੀ ਨੂੰ ਕਹੋ ਕਿ ਬੱਚਿਆਂ ਨੂੰ ਸੰਭਾਲ ਬੱਚਿਆਂ ਨੂੰ ਗੁਰਮਤਿ ਦੀ ਵਿਦਿਆ ਦੇ ਵਧੀਆ ਸਿੱਖੀ ਦਾ ਪ੍ਰਚਾਰ ਕਰ ਪਿੰਡ ਦੇ ਲੋਕਾਂ 'ਚ ਪ੍ਰਚਾਰ ਕਰ ਅਫਸਲ ਦੇ ਵਿੱਚ ਪਾਸਟਰ ਜਿਹੜੇ ਨੇ ਈਸਾਈ ਧਰਮ ਵਾਲੇ ਅੱਜ ਪ੍ਰਚਾਰ ਕਰਨ ਲੱਗ ਪਏ ਆ ਕੇ ਅਸੀਂ ਉਹਨਾਂ ਦਾ ਵਿਰੋਧ ਕਰਦੇ ਹਾਂ ਕਦੇ ਇਹ ਗੱਲ ਦਾ ਮੋੜ ਕੇ ਸਵਾਲ ਪੁੱਛੋ ਸਾਡੇ ਆਲਾ ਨੂੰ ਵੀ ਤੁਸੀਂ ਸਿੱਖੀ ਦਾ ਪ੍ਰਚਾਰ ਕਰਨ ਦੇ ਲਈ ਕੀ ਕੁਝ ਕੀਤਾ ਆ ਇਹ ਲੋਕ ਕਿਉਂ ਪਿੰਡਾਂ 'ਚ ਵੜ ਗਏ ਇਹ ਲੋਕ ਪਿੰਡਾਂ 'ਚ ਇਸ ਕਰਕੇ ਵੜ ਗਏ ਕਿਉਂਕਿ ਅਸੀਂ ਪਿੱਛੇ हट ਗਏ ਜੇ ਅਸੀਂ ਸਿੱਖੀ ਦਾ ਪ੍ਰਚਾਰ ਕਰਦੇ ਨਾ ਇਹ ਲੋਕ ਪਿੰਡਾਂ 'ਚ ਨਾ ਵੜਦੇ ਇਹਨਾਂ ਨੂੰ ਪਤਾ ਹੁੰਦਾ ਵੀ ਇੱਥੇ ਗੁਰੂ ਨਾਨਕ ਦਾ ਉਪਦੇਸ਼ ਚੱਲ ਰਿਹਾ ਪਹਿਲਾਂ ਹੀ ਚੱਲ ਰਿਹਾ ਕਾਂ ਕਰਕੇ ਇਹ ਲੋਕ ਆਕੇ ਗੁਰਮਖੋ ਅਜ ਅਮਰਤਪਾਲ ਸਿੰਘ ਉਹਨਾਂ ਦਾ ਸਾਥ ਦਿਈਏ ਸਿੱਖੀ ਸਰੂਪ ਨੂੰ ਸੰਭਾਲੀਏ ਸਾਰੇ ਨੌਜਵਾਨ ਨਸ਼ਿਆਂ ਤੋਂ ਦੂਰ ਰਹੀਏ ਠੀਕ ਹੈ ਜਿਸ ਕਿਸੇ ਦਾ ਮਨ ਕਰਦਾ ਕੋਈ ਰਵੇ ਪੱਕਾ ਰਵੇ ਆ ਡੇਰਾਵਾਦ ਆ ਬੂਵੇਂ ਬਾਬਿਆਂ ਤੋਂ ਬਚ ਕੇ ਰਹੀਏ ਤੇ ਯਾਦ ਰੱਖਿਓ ਸਿੱਖ ਪੱਕਾ ਸਿੱਖ ਬਣੇ ਮੁਸਲਮਾਨ ਵੀਰ ਪੱਕਾ ਆਪਣੇ ਧਰਮ ਚ ਪੱਕਾ ਰਵੇ ਸ਼ਰਾਂ ਚ ਪੱਕਾ ਰਵੇ ਤੇ ਹਿੰਦੂ ਵੀਰ ਆਪਣੇ ਧਰਮ ਚ ਪੱਕਾ ਰਵੇ ਤੇ ਦੂਜੇ ਤੀਜੇ ਦੀਦਾ ਗੱਲ ਹੀ ਕੋਈ ਨਾ ਹੋਵੇ ਤੇ ਯਾਦ ਰੱਖਿਓ ਪਿਆਰਿਓ ਫੇਰ ਭਲਾ ਹੋ ਸਕਦਾ ਕਿਸੇ ਦਾ ਹੋਰ ਨਹੀਂ ਜੇ ਕੋਈ ਗਲਤ ਰਾਹ ਤੇ ਤੁਰਦਾ ਹੈ ਉਹਨੂੰ ਮੋੜਨ ਦੀ ਕੋਸ਼ਿਸ਼ ਕਰੋ ਗਲਤ ਸਲਾਹ ਨਾ ਦਿਓ ਤੇ ਨਾ ਗਲਤ ਸਲਾਹ ਲਓ ਇਹ ਅਸੂਲ ਬਣਾ ਕੇ ਰੱਖੋ ਜੇ ਭਲਾ ਕਰਵਾਉਣਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ